ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦੇ ਸਾਰ ਹੀ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਸਾਹਿਬ ਨੂੰ ਘੇਰ ਲਿਆ। ਆਖਿਰ ਕੀ ਕੁਛ ਹੋਇਆ ਤੁਸੀਂ ਵੀ ਦੇਖੋ। ਜਿਹੜੀ ਐਡਜੋਇਨਮੈਂਟ ਮੋਸ਼ਨ ਅਸੀਂ ਲਾਅ ਐਂਡ ਆਰਡਰ ਤੇ ਮੰਗੀ ਸੀ ਉਹਦਾ ਕਾਇੰਡਲੀ ਕਿਰਪਾ ਕਰਕੇ ਦੱਸ ਸਕੋਗੇ? ਮੈਂ ਡਿਸਕਸ ਕਰਕੇ ਤੁਹਾਨੂੰ ਦੇ ਦੇਣਾ ਜੀ, ਮੈਂ ਪ੍ਰਯੂਜ਼ਲ ਕਰਕੇ ਦੱਸਣਾ ਤੇ ਤੁਸੀਂ ਇਹ ਕਿਸੇ ਕੋ ਤਾਂ ਨਹੀਂ ਪੁੱਛਣਾ। ਮੈਂ ਦੇਖ ਲੈਣਾ ਜੀ, ਤੁਹਾਡੀ ਆ ਗਈ, ਮੈਂ ਚੈੱਕ ਕਰਾ ਲਵਾਂ। ਅਸੀਂ ਦੇਖਿਆ ਹੀ ਨਹੀਂ ਤੁਸੀਂ? ਮੈਂ ਹਲੇ ਦੇਖਿਆ ਨਹੀਂ, ਦੋ ਘੰਟੇ ਪਹਿਲੇ ਤੇ ਤੁਹਾਨੂੰ ਬੇਨਤੀ ਕਰਕੇ ਤੇ ਆਪਾਂ ਹੁਣ ਅੱਗੇ ਚੱਲੀਏ। ਨਹੀਂ, ਅੱਗੇ ਚ ਲਾਅ ਐਂਡ ਆਰਡਰ ਤੇ ਸਾਰਿਆਂ ਨੂੰ ਮੇਨ ਮਸਲਾ ਪੰਜਾਬ ਦਾ ਜੀ। ਕਹਿੰਦੇ ਜੇ ਲਾਅ ਐਂਡ ਆਰਡਰ ਸਾਨੂੰ ਦੱਸਦੇ ਦਿਓ ਕਿ ਕੋਈ ਸੁਣਵਾਈ ਹੋਏਗੀ, ਜੇ ਨਹੀਂ ਸੁਣਵਾਈ ਹੋਏਗੀ ਇਹ ਕੋਈ ਹੋਰ ਫੋਰਮ ਵਰਤ ਲਈਏ? ਸਾਨੂੰ ਦੱਸੋ ਤਾਂ ਸਹੀ ਨਾ ਪਲੀਜ਼। ਬਾਜਵਾ ਸਾਹਿਬ, ਹਾਂਜੀ, ਤੁਹਾਡੀ ਜਿਹੜੀ ਰੀਪ੍ਰਜੈਂਟੇਸ਼ਨ ਆ ਗਈ ਹੈ, ਮੈਨੂੰ ਦੇਖ ਲੈਣ ਦਿਓ, ਦੇਖ ਕੇ ਮੈਂ ਉੱਤੇ ਆਪਣਾ ਫੈਸਲਾ ਤੁਹਾਨੂੰ ਦੇ ਦਿਆਂਗਾ। ਕਿਸੇ ਤੋਂ ਜੇ ਪੁੱਛਣਾ ਤਾਂ ਸਪੀਕਰ ਸਾਹਿਬ ਪੁੱਛ ਕੇ ਦੱਸ ਦਿਓ ਜੇ ਇਦਾਂ ਦੀ ਗੱਲ ਹੈਗੀ ਆ। ਤੁਹਾਡਾ ਸਪੀਕਰ ਪੜ੍ਹਿਆ ਲਿਖਿਆ ਹੈ, ਆਪਾਂ ਮੇਰਾ ਖਿਆਲ ਆ ਵੀ ਆਪਾਂ ਨੂੰ ਕੇਅਰ ਦੀ ਮਰਿਆਦਾ ਨੂੰ ਰੱਖਣਾ ਚਾਹੀਦਾ, ਔਰ ਜਿਹੜੇ ਖਾਸ ਕਰਕੇ ਤਜਰਬੇਕਾਰ ਮੈਂਬਰ ਸਾਹਿਬਾਨ ਨੇ ਉਹਨਾਂ ਤੋਂ ਵੱਧ ਤਵੱਕੂ ਕੀਤੀ ਜਾਂਦੀ ਹੈ। ਥੈਂਕ ਯੂ। ਫਿਰ ਕਿੰਨਾ ਚਿਰ ਇੰਤਜ਼ਾਰ ਕਰੀਏ? ਮੈਂ ਤੁਹਾਨੂੰ ਦੱਸ ਦਿੰਦਾ ਜੀ।